ਵੈਲਕਮ ਟੂ ਆਰ ਡੀ ਐਸ ਲੀਗਲ। ਅੱਜ ਅਸੀਂ ਸਿਟੀਜ਼ਨਸ਼ਿਪ ਬਾਰੇ ਚਰਚਾ ਕਰਾਂਗੇ, ਜਿਸ ਨੂੰ ਕਿ ਭਾਰਤੀ ਸੰਵਿਧਾਨ ਦੇ ਪਾਰਟ 2 ਦੇ ਵਿੱਚ ਰੱਖਿਆ ਗਿਆ ਹੈ ਅਤੇ ਆਰਟੀਕਲ 5 ਤੋਂ ਲੈ ਕੇ 11 ਤੱਕ ਸਿਟੀਜ਼ਨਸ਼ਿਪ ਨਾਲ ਡੀਲ ਕਰਦੇ ਹਨ। ਜੇਕਰ ਇਨਸਾਨ ਕਿਸੇ ਕੋਲ ਸਿਟੀਜ਼ਨਸ਼ਿਪ ਹੈ ਤਾਂ ਉਹ ਕਈ ਤਰ੍ਹਾਂ ਦੇ ਆਪਣੀ ਸਟੇਟ ਦੇ ਵਿੱਚ ਅਧਿਕਾਰ ਇੰਜੋਏ ਕਰਦਾ ਹੈ, ਜਿੱਦਾਂ ਕਿ ਉਹ ਹਰ ਇੱਕ ਜੋ ਸਟੇਟ ਦਾ ਆਫਿਸ ਆ ਉਹਨਾਂ ਨੂੰ ਇੰਜੋਏ ਕਰ ਸਕਦਾ ਅਤੇ ਜੋ ਉਸਨੂੰ ਸਟੇਟ ਦੇ ਵਿੱਚ ਫੰਡਾਮੈਂਟਲ ਰਾਈਟ ਮਿਲਦੇ ਉਹ ਇੰਜੋਏ ਕਰ ਸਕਦਾ ਆ, ਅਤੇ ਹੋਰ ਕਈ ਤਰ੍ਹਾਂ ਦੀਆਂ ਸਕੀਮਸ ਹੁੰਦੀਆਂ ਜੋ ਕਿ ਸਿਰਫ ਸਿਟੀਜ਼ਨਸ ਨੂੰ ਹੀ ਮਿਲਦੀਆਂ ਆ। ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਇੱਕ ਸਿਟੀਜ਼ਨਸ਼ਿਪ ਦਾ ਮੀਨਿੰਗ ਕੀ ਆ। ਦੀ ਪੋਜੀਸ਼ਨ ਔਰ ਆ ਸਟੇਟਸ ਔਫ ਬੀਇੰਗ ਆ ਸਿਟੀਜ਼ਨ ਔਫ ਆ ਪਰਟੀਕੁਲਰ ਕੰਟਰੀ, ਉਸ ਦੀ ਪੋਜੀਸ਼ਨ ਜਾਂ ਸਟੇਟਸ ਕੀ ਆ ਇੱਕ ਸਿਟੀਜ਼ਨ ਹੋਣ ਦੇ ਨਾਤੇ। ਹਾਲਾਂਕਿ ਜਿਹੜਾ ਇੱਕ ਪਰਸਨ ਆ ਉਹਦੇ ਕੋਲ ਇੱਕ ਤੋਂ ਜ਼ਿਆਦਾ ਸਿਟੀਜ਼ਨਸ਼ਿਪ ਹੋ ਸਕਦੀਆਂ, ਬਟ ਜਿਹਦੇ ਕੋਲ ਸਿਟੀਜ਼ਨਸ਼ਿਪ ਨਹੀਂ ਹੈਗੀ ਉਹਨੂੰ ਆਪਾਂ ਕਹਾਂਗੇ ਸਟੇਟਲੈਸ ਪਰਸਨ। ਜੋ ਸਿਟੀਜ਼ਨਸ਼ਿਪ ਆ ਉਹ 4 ਤਰੀਕੇ ਨਾਲ ਅਸੀਂ ਲੈ ਸਕਦੇ ਹਾਂ, ਬਾਏ ਜਾਂ ਸੈਨਗੁਨੀ ਜਾਂ ਸੋਲੀ ਯੂਰੀ ਮੈਟਰੀਮੋਨੀ ਜਾਣੀ ਕਿ ਬਲੱਡ ਜਾਂ ਡੀਸੈਂਟ ਅਸੀਂ ਲੈ ਸਕਦੇ ਹਾਂ, ਬੋਰਨ ਵਿਦ ਦ ਕੰਟਰੀ ਮਤਲਬ ਕਿ ਜਾਂ ਸੋਲੀ ਬਾਏ ਸੋਇਲ ਜਾਣੀ ਕਿ ਤੁਸੀਂ ਇਸ ਮਿੱਟੀ ਦੇ ਵਿੱਚ ਇਸ ਧਰਤੀ ਦੇ ਵਿੱਚ ਜਨਮੇ ਹੋ, ਤੁਸੀਂ ਉੱਥੇ ਜੇ ਜਨਮ ਲਿਆ ਤਾਂ ਤੁਸੀਂ ਸਿਟੀਜ਼ਨਸ਼ਿਪ ਲੈ ਸਕਦੇ ਹੋ। ਮੈਰਿਜ ਟੂ ਅ ਸਿਟੀਜ਼ਨ, ਜੇ ਤੁਸੀਂ ਕਿਸੇ ਕੰਟਰੀ ਦੇ ਸਿਟੀਜ਼ਨ ਨਾਲ ਮੈਰਿਜ ਕਰਦੇ ਹੋ ਯੂਰੀ ਮੈਟਰੀਮੋਨੀ ਤਾਂ ਤੁਸੀਂ ਉਸ ਨਾਲ ਵੀ ਸਿਟੀਜ਼ਨਸ਼ਿਪ ਲੈ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਨੈਚੁਰਲਾਈਜੇਸ਼ਨ ਦੇ ਦੁਆਰਾ ਵੀ ਲੈ ਸਕਦੇ ਹੋ ਸਿਟੀਜ਼ਨਸ਼ਿਪ, ਜਾਣੀ ਕਿ ਤੁਸੀਂ ਕਿਸੇ ਲੰਬੇ ਸਮੇਂ ਤੋਂ ਕਿਸੇ ਕੰਟਰੀ ਦੇ ਵਿੱਚ ਰਹਿ ਰਹੇ ਹੋ ਪਰਮਿਟ ਦੇ ਨਾਲ, ਐਜ਼ ਅ ਅਲੀਗਲ ਮਾਈਗਰੈਂਟ ਨਹੀਂ, ਇੱਕ ਪਰਮਿਟ ਲੈ ਕੇ ਤੁਸੀਂ ਜੇ ਰਹਿ ਰਹੇ ਹੋ ਤਾਂ ਤੁਹਾਨੂੰ ਬਾਏ ਨੈਚੁਰਲਾਈਜੇਸ਼ਨ ਵੀ ਸਿਟੀਜ਼ਨਸ਼ਿਪ ਮਿਲ ਸਕਦੀ ਆ। ਜਿਵੇਂ ਕਿ ਤੁਹਾਨੂੰ ਇਹ ਕੋਈ ਪੋਲੀਟੀਕਲ ਅਸਾਈਲਮ ਆ ਉਹ ਗ੍ਰਾਂਟ ਕੀਤਾ ਗਿਆ ਹੈ, ਜਿੱਦਾਂ ਕਿ ਭਾਰਤ ਦੇ ਵਿੱਚ ਜੋ ਦਲਾਈ ਲਾਮਾ ਆ ਉਹ ਚਾਈਨਾ ਤੋਂ ਇੰਡੀਆ ਦੇ ਵਿੱਚ ਆਇਆ, ਚਾਈਨਾ ਇੰਡੀਆ ਦੇ ਵਿੱਚ ਉਹਨੂੰ ਅਸਾਈਲਮ ਦਿੱਤਾ ਗਿਆ ਆ। ਇਸ ਤਰ੍ਹਾਂ ਇਸ ਚੀਜ਼ ਨੂੰ ਅਸਾਈਲਮ ਕਿਹਾ ਜਾਂਦਾ ਹੈ। ਕੋਈ ਵੀ ਪਰਸਨ ਆ ਕੇ ਪਰਮਿਸ਼ਨ ਦੇ ਨਾਲ ਰਹਿੰਦਾ ਹੈ ਅਤੇ ਇੱਕ ਲੰਮੇ ਸਮੇਂ ਤੋਂ ਰਹਿੰਦਾ ਹੈ ਅਤੇ ਸਪੈਸੀਫਿਕ ਪੀਰੀਅਡ ਤਾਂ ਰਹਿੰਦਾ ਹੈ, ਅਤੇ ਉਹ ਆਪਣੀ ਜੋ ਬਾਏ ਨੈਚੁਰਲਾਈਜੇਸ਼ਨ ਦੇ ਨਾਲ ਆ ਆਪਣੀ ਜੋ ਸਿਟੀਜ਼ਨਸ਼ਿਪ ਨੂੰ ਅਪਲਾਈ ਕਰ ਸਕਦਾ ਹੈ। ਉਸ ਤੋਂ ਬਾਅਦ ਜਾਣਦੇ ਹਾਂ ਜਿਹੜੀ ਆਪਣੀ ਮਰੀਅਮ ਵੈਬਸਟਰ ਡਿਕਸ਼ਨਰੀ ਆ ਉਹਦੇ ਵਿੱਚ ਇਸਦਾ ਕੀ ਮੀਨਿੰਗ ਦਿੱਤਾ ਗਿਆ। ਆ ਸਿਟੀਜ਼ਨ ਮੀਨਸ ਅ ਪਰਸਨ ਓਇੰਗ ਐਲੀਜੈਂਸ ਟੂ ਐਨ ਇੰਟਾਈਟਲ ਟੂ ਦੀ ਪ੍ਰੋਟੈਕਸ਼ਨ ਆਫ ਸੋਵਰਨ ਸਟੇਟ, ਮਤਲਬ ਕਿ ਜਿਹੜਾ ਸਿਟੀਜ਼ਨ ਮੀਨਸ ਆ ਉਹ ਪਰਸਨ ਜਿਹੜਾ ਆਪਣੀ ਲੋਇਲਟੀ ਦਿਖਾਉਂਦਾ ਆ ਸਟੇਟ ਦੀ ਪ੍ਰੋਟੈਕਸ਼ਨ ਨੂੰ ਲੈ ਕੇ, ਕਿ ਆਪਣੀ ਸਟੇਟ ਨੂੰ ਪ੍ਰੋਟੈਕਟ ਕਰਦਾ ਆਪਣੀ ਸਟੇਟ ਦੇ ਲਈ ਲੋਇਲ ਆ, ਉਹਨੂੰ ਅਸੀਂ ਕਹਿ ਦੇਵਾਂਗੇ ਉਹ ਸਿਟੀਜ਼ਨ ਆ ਉਸ ਜਗ੍ਹਾ ਦਾ। ਇਸ ਤੋਂ ਇਲਾਵਾ ਕੁਝ ਹੋਰ ਵੀ ਦਿੱਤੀਆਂ ਗਈਆਂ ਨੇ ਪ੍ਰੋਵੀਜ਼ਨਸ, ਅਤੇ ਇਹਨਾਂ ਨੂੰ ਜੇ ਕੋਈ ਤੁਸੀਂ ਰੀਡ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ। ਆਓ ਹੁਣ ਡਿਸਕਸ ਕਰਦੇ ਹਾਂ ਕਿ ਆਰਟੀਕਲ 5 ਕੀ ਕਹਿੰਦਾ ਹੈ। ਸਿਟੀਜ਼ਨਸ਼ਿਪ ਐਟ ਦੀ ਕਮੈਂਸਮੈਂਟ ਆਫ ਦੀ ਕੋਨਸਟੀਟਿਊਸ਼ਨ, ਜੋ ਆਰਟੀਕਲ 5 ਕਹਿੰਦਾ ਹੈ ਕਿ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਆ ਜਦੋਂ ਇਹ ਆਪਣਾ ਸੰਵਿਧਾਨ ਬਣਿਆ ਆ ਆਰਟੀਕਲ 5 ਕਹਿੰਦਾ ਕਿ ਤੁਸੀਂ ਬਾਏ ਬਰਥ ਲੈ ਸਕਦੇ ਹੋ ਜਿੱਦਾਂ ਤੁਸੀਂ ਇੰਡੀਆ ਦੇ ਵਿੱਚ ਬੋਰਨ ਹੋਏ ਹੋ, ਜਾਂ ਤੁਹਾਡੇ ਪੇਰੈਂਟ ਆ ਜਿਹੜੇ ਉਹ ਇੰਡੀਆ ਦੇ ਵਿੱਚ ਬੋਰਨ ਹੋਏ ਆ, ਜਾਂ ਤੁਸੀਂ ਕੋਨਸਟੀਟਿਊਸ਼ਨ ਆ ਜਿਹੜਾ ਉਹ ਲਾਗੂ ਹੋਣ ਤੋਂ ਪਹਿਲਾਂ 5 ਸਾਲ ਇੱਥੇ ਰਹਿੰਦੇ ਪਏ ਹੋ ਤਾਂ ਤੁਸੀਂ ਇੱਥੇ ਦੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰ ਸਕਦੇ ਹੋ, ਉਸ ਟਾਈਮ ਤੁਸੀਂ ਲੈ ਸਕਦੇ ਹੋ। ਜਿਹੜੀਆਂ ਕੰਡੀਸ਼ਨਸ ਆ ਏ ਬੀ ਐਂਡ ਸੀ ਜਿਹੜੀਆਂ ਇਹ ਕਮਿਊਲੇਟਿਵ ਇਕੱਠੀਆਂ ਨਹੀਂ ਹੈਗੀਆਂ ਕਿ ਮਤਲਬ ਆਹ ਵੀ ਚੀਜ਼ ਹੋਣੀ ਚਾਹੀਦੀ ਆਹ ਵੀ ਚੀਜ਼, ਇਹਨਾਂ ਤਿੰਨਾਂ 'ਚੋਂ ਤੁਹਾਡੀ ਇੱਕ ਵੀ ਕੰਡੀਸ਼ਨ ਪੂਰੀ ਹੁੰਦੀ ਪਈ ਆ ਤਾਂ ਤੁਸੀਂ ਸਿਟੀਜ਼ਨਸ਼ਿਪ ਜੋ ਉੱਥੇ ਜਗ੍ਹਾ ਦੀ ਲੈ ਸਕਦੇ ਹੋ। ਆਰਟੀਕਲ 5 ਦੇ ਵਿੱਚ ਵਰਡ ਡੋਮੀਸਾਈਲ ਯੂਜ਼ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣਨਾ ਪਵੇਗਾ ਕਿ ਡੋਮੀਸਾਈਲ ਕੀ ਹੈ, ਡੋਮੀਸਾਈਲ ਅਤੇ ਰੈਜ਼ੀਡੈਂਸ ਦੇ ਵਿੱਚ ਫਰਕ ਕੀ ਹੈ। ਰੈਜ਼ੀਡੈਂਸ ਹੁੰਦਾ ਜਿੱਥੇ ਕਿ ਅਸੀਂ ਕਿਸੇ ਥੋੜ੍ਹੇ ਸਮੇਂ ਦੇ ਲਈ ਰਹਿ ਰਹੇ ਹਾਂ ਕਿਸੇ ਪਰਟੀਕੁਲਰ ਜਗ੍ਹਾ 'ਤੇ, ਜਾਣੀ ਕਿ ਕੋਈ ਵਿਅਕਤੀ ਆ ਕਿਤੇ ਕੰਮ ਕਰਨ ਗਿਆ ਆ ਉੱਥੇ ਥੋੜ੍ਹੇ ਸਮੇਂ ਤੋਂ ਉਹ ਰਹਿ ਰਿਹਾ ਹੈ, ਜਾਂ ਕੋਈ ਸਟੂਡੈਂਟ ਆ ਉਹ ਕਿਤੇ ਪੜ੍ਹਨ ਗਿਆ ਆ ਉੱਥੇ ਰਹਿ ਰਿਹਾ ਹੈ, ਉਹਨੂੰ ਆਪਾਂ ਰੈਜ਼ੀਡੈਂਸ ਕਹਿ ਦਿੰਦੇ ਹਾਂ। ਡੋਮੀਸਾਈਲ ਹੁੰਦਾ ਕਿ ਇੱਕ ਇਨਸਾਨ ਆ ਕਿਸੇ ਜਗ੍ਹਾ 'ਤੇ ਪਰਮਾਨੈਂਟਲੀ ਰਹਿ ਰਿਹਾ ਆ ਅਤੇ ਉਹਦੀ ਇੰਟੈਂਸ਼ਨ ਆ ਉੱਥੇ ਪਰਮਾਨੈਂਟਲੀ ਰਹਿਣ ਦੀ, ਉਸ ਚੀਜ਼ ਨੂੰ ਆਪਾਂ ਡੋਮੀਸਾਈਲ ਕਹਿੰਦੇ ਹਾਂ। ਜਿੱਦਾਂ ਕਿ ਉਸ ਪਰਟੀਕੁਲਰ ਜਗ੍ਹਾ 'ਤੇ ਉਹਦਾ ਪਰਮਾਨੈਂਟ ਹੋਮ ਹੋਣਾ ਚਾਹੀਦਾ ਆ, ਜ਼ਰੂਰੀ ਨਹੀਂ ਕਈ ਵਾਰ ਇਹ ਹੋਮ ਹੋਵੇ ਉਸ ਜਗ੍ਹਾ 'ਤੇ ਪਰਮਾਨੈਂਟ, ਲੇਕਿਨ ਬੇਸਿਕਲੀ ਜੋ ਸਾਡੀ ਇੰਟੈਂਸ਼ਨ ਆ ਉਸ ਜਗ੍ਹਾ 'ਤੇ ਰਹਿਣ ਦੀ ਉਹ ਹੋਣੀ ਜ਼ਰੂਰੀ ਆ ਕਿ ਇਸ ਪਰਟੀਕੁਲਰ ਜਗ੍ਹਾ 'ਤੇ ਅਸੀਂ ਪੱਕੇ ਤੌਰ 'ਤੇ ਰਹਿਣਾ ਹੈ। ਇਨ ਸੈਂਟਰਲ ਬੈਂਕ ਆਫ ਇੰਡੀਆ ਵਰਸ ਰਾਮ ਨਾਰਾਇਣ, ਸੁਪਰੀਮ ਕੋਰਟ ਨੇ ਹੈਲਡ ਕੀਤਾ ਕਿ ਕਿਸੇ ਕੰਟਰੀ ਦੇ ਵਿੱਚ ਹਮੇਸ਼ਾ ਦੇ ਲਈ ਰਹਿਣਾ ਹੀ ਆ, ਇੱਕ ਅਸੈਂਸ਼ੀਅਲ ਜਿਹੜਾ ਐਲੀਮੈਂਟ ਆ ਉਹ ਇਹ ਚੈੱਕ ਕਰਨ ਦੇ ਲਈ ਕਿ ਇਹ ਐਗਜ਼ਿਸਟੈਂਸ ਆਫ ਦੀ ਡੋਮੀਸਾਈਲ ਇਨ ਕੰਟਰੀ। ਉਸ ਤੋਂ ਬਾਅਦ ਲੂਇਸ ਡੀ ਰੇਡਿਟ ਵਰਸਸ ਏ ਯੂਨੀਅਨ ਆਫ ਇੰਡੀਆ ਦੇ ਵਿੱਚ ਵੀ ਇਹੀ ਚੀਜ਼ ਡਿਸਾਈਡ ਕੀਤੀ ਗਈ ਕਿ ਜੋ ਇੰਟੈਂਸ਼ਨ ਆ ਉੱਥੇ ਫੋਰਐਵਰ ਰਹਿਣ ਦੀ ਉਹ ਇੱਕ ਮੇਜਰ ਕੰਸਰਨ ਹੈ ਇਸ ਚੀਜ਼ ਦੇ ਵਿੱਚ। ਦੀ ਐਨੀਮਸ ਮੈਂਟੈਨੀ ਮਤਲਬ ਕਿ ਉੱਥੇ ਤੁਹਾਡੀ ਹਮੇਸ਼ਾ ਦੇ ਲਈ ਰਹਿਣ ਦੀ ਇੰਟੈਂਸ਼ਨ, ਜਿਹੜਾ ਤੁਹਾਡਾ ਰੈਜ਼ੀਡੈਂਸ ਆ ਇਕੱਲਾ ਉੱਥੇ ਰਹਿਣ ਦਾ ਵਿਦਆਊਟ ਦੀ ਇੰਟੈਂਸ਼ਨ ਕਿ ਇੱਥੇ ਅਸੀਂ
ਪਰਮਾਨੈਂਟਲੀ ਰਹਿਣਾ ਆ ਉਸ ਚੀਜ਼ ਨੂੰ ਤੁਹਾਡੇ ਡੋਮੀਸਾਈਲ ਨੂੰ ਉਹ ਡੋਨੇਟ ਨਹੀਂ ਕਰਦਾ ਹੈਗਾ। ਜਿੱਦਾਂ ਕਿ ਇਸ ਕੇਸ ਦੇ ਵਿੱਚ ਇਹ ਮਸ਼ੀਨਰੀ ਸੀਗਾ ਇੱਕ ਫੋਰਨਰ, ਉਹ ਇੰਡੀਆ ਤੋਂ ਕਾਫੀ ਇੰਡੀਆ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਸੀਗਾ ਅਤੇ ਉਹਦੇ ਕੋਲ ਵੈਲਿਡ ਆਪਣਾ ਵੀਜ਼ਾ ਪਾਸਪੋਰਟ ਸੀਗਾ ਅਤੇ ਉਸਨੇ ਇੱਥੇ ਦੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਅਤੇ ਸੁਪਰੀਮ ਕੋਰਟ ਨੇ ਹੈਲਡ ਕੀਤਾ ਕਿ ਤੁਸੀਂ ਇੱਥੇ ਚਲੋ ਠੀਕ ਆ ਲੰਮੇ ਸਮੇਂ ਤੋਂ ਰਹਿੰਦੇ ਪਏ ਆ ਬਟ ਤੁਹਾਡੀ ਇੱਥੇ ਇੰਟੈਂਸ਼ਨ ਪਰਮਾਨੈਂਟਲੀ ਰਹਿਣ ਦੀ ਨਹੀਂ ਹੈਗੀ। ਸੋ ਇਸ ਲਈ ਡੋਮੀਸਾਈਲ ਹੈ ਜਿਹੜਾ ਉਹਦੇ ਵਿੱਚ ਅਸੀਂ ਇਹੀ ਦੇਖਣਾ ਆ ਕਿ ਉਸ ਪਰਸਨ ਦੀ ਇੱਥੇ ਰਹਿਣ ਦੀ ਕੀ ਪਰਮਾਨੈਂਟ ਇੰਟੈਂਸ਼ਨ ਹੈਗੀ ਆ ਜਾਂ ਨਹੀਂ ਹੈਗੀ। ਉਸ ਤੋਂ ਬਾਅਦ ਜੋ ਨਗੀਨਾ ਦੇਵੀ ਵਰਸ ਇਹ ਯੂਨੀਅਨ ਆਫ ਇੰਡੀਆ ਵਾਲਾ ਕੇਸ ਸੀਗਾ, ਇਹਦੇ ਵਿੱਚ ਇੱਕ ਜੋ ਪਰਸਨ ਆ ਉਹ ਕੌਂਸਟੀਟਿਊਸ਼ਨ ਦੀ ਕਮੈਂਸਮੈਂਟ ਮਤਲਬ ਕਿ ਇਹਦੇ ਲਾਗੂ ਹੋਣ ਤੋਂ ਬਾਅਦ ਜੇ ਵੋਨ ਹੁੰਦਾ ਅਤੇ ਉਸ ਤੋਂ ਬਾਅਦ ਆਰਟੀਕਲ 5 ਦੇ ਅਧੀਨ ਇਹ ਵਾਲਾ ਕੁਸ਼ਚਨ ਹੀ ਨਹੀਂ ਉੱਠਦਾ ਹੈਗਾ ਕਿ ਉਹਦਾ ਡੋਮੀਸਾਈਲ ਇੰਡੀਆ ਦਾ ਹੈਗਾ ਜਾਂ ਨਹੀਂ ਹੈਗਾ। ਉਸ ਤੋਂ ਬਾਅਦ ਸੁੰਦਰ ਗੋਪਾਲ ਵਰਸਸ ਸੁੰਦਰ ਰਜਨੀ 2013 ਦਾ ਕੇਸ ਆ, ਇਹਦੇ ਵਿੱਚ ਵੀ ਕਹਿੰਦੇ ਕਿ ਜੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਆਪਣੀ ਚੋਇਸ ਦੇ ਨਾਲ ਰਹਿੰਦੇ ਪਏ ਆ ਤੁਹਾਡੀ ਇੰਟੈਂਸ਼ਨ ਹੈ ਉੱਥੇ ਪਰਮਾਨੈਂਟਲੀ ਰਹਿਣ ਦੀ, ਇਹ ਇੱਕ ਮੇਜਰ ਫੈਕਟ ਆ ਸਾਡਾ ਦੇਖਣ ਦਾ ਕਿ ਅਸੀਂ ਉੱਥੇ ਦਾ ਡੋਮੀਸਾਈਲ ਸਾਡਾ ਹੈਗਾ ਜਾਂ ਨਹੀਂ ਹੈਗਾ। ਉਸ ਤੋਂ ਬਾਅਦ ਪ੍ਰਦੀਪ ਜੈਨ ਵਰਸ ਯੂਨੀਅਨ ਆਫ ਇੰਡੀਆ 1984 ਕੇਸ, ਇਹਦੇ ਵਿੱਚ ਜੋ ਕਿ ਇੱਕ ਪੁਆਇੰਟ ਡਿਸਕਸ ਕੀਤਾ ਗਿਆ ਸੁਪਰੀਮ ਕੋਰਟ ਦੇ ਦੁਆਰਾ। ਮੰਨ ਲਓ ਕਿ ਅੱਜ ਅਸੀਂ ਪੰਜਾਬ ਸਟੇਟ ਦੇ ਵਿੱਚ ਰਹਿ ਰਹੇ ਹਾਂ ਅਤੇ ਸਾਡੀ ਇੱਥੇ ਇੰਟੈਂਸ਼ਨ ਪਰਮਾਨੈਂਟਲੀ ਪੰਜਾਬ ਸਟੇਟ ਦੇ ਵਿੱਚ ਰਹਿਣ ਦੀ ਹੈ, ਕੱਲ੍ਹ ਨੂੰ ਅਸੀਂ ਜਾ ਕੇ ਦਿੱਲੀ ਰਹਿਣ ਲੱਗ ਪੈਂਦੇ ਹਾਂ ਉੱਥੇ ਸਾਡੀ ਜਿਹੜੀ ਇੰਟੈਂਸ਼ਨ ਆ ਅਸੀਂ ਕਹਿੰਦੇ ਕਿ ਨਹੀਂ ਜੀ ਅਸੀਂ ਦਿੱਲੀ ਦੇ ਵਿੱਚ ਵੀ ਹੁਣ ਪਰਮਾਨੈਂਟਲੀ ਅੱਜ ਤੋਂ ਅਸੀਂ ਦਿੱਲੀ ਦੇ ਵਿੱਚ ਹੀ ਰਹਿਣਾ ਆ ਅਤੇ ਉੱਥੇ ਸੁਪਰੀਮ ਕੋਰਟ ਨੇ ਡਿਸਾਈਡ ਕੀਤਾ ਕਿ ਜੋ ਸਾਡਾ ਦੇਸ਼ ਆ ਉੱਥੇ ਸਾਰੀ ਕੰਟਰੀ ਦੀ ਇੱਕ ਸਿਟੀਜ਼ਨਸ਼ਿਪ ਸਾਨੂੰ ਮਿਲਦੀ ਹੈ। ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਅੱਜ ਪੰਜਾਬ ਦੇ ਵਿੱਚ ਹਾਂ ਕੱਲ੍ਹ ਅਸੀਂ ਦਿੱਲੀ ਦੇ ਵਿੱਚ ਚਲੇ ਗਏ ਅਤੇ ਸਾਡਾ ਡੋਮੀਸਾਈਲ ਵੀ ਅਲੱਗ ਅਲੱਗ ਚੇਂਜ ਹੁੰਦਾ ਰਹੂਗਾ। ਤੋ ਇਹੀ ਚੀਜ਼ ਉਹਨਾਂ ਨੇ ਹੈਲਡ ਕੀਤੀ ਕਿ ਦੇਰ ਇਜ਼ ਨੋ ਏ ਸੈਪਰੇਟ ਡੋਮੀਸਾਈਲ ਫੋਰ ਅ ਸਟੇਟ, ਜੋ ਸਟੇਟ ਦੇ ਲਈ ਅਲੱਗ ਅਲੱਗ ਡੋਮੀਸਾਈਲ ਨਹੀਂ ਹੋ ਸਕਦਾ ਹੈਗਾ। ਅਤੇ ਇਸ ਤੋਂ ਇਲਾਵਾ ਹੋਰ ਕੁਝ ਇੰਪੋਰਟੈਂਟ ਜਜਮੈਂਟਸ ਆ ਜਿਨ੍ਹਾਂ ਨੂੰ ਤੁਸੀਂ ਦੇਖ ਲਿਓ। ਉਸ ਤੋਂ ਬਾਅਦ ਆਰਟੀਕਲ 6 ਕੀ ਕਹਿੰਦਾ ਪਿਆ ਆ, ਰਾਈਟ ਆਫ ਸਿਟੀਜ਼ਨ ਆਫ ਅ ਸਰਟਨ ਪਰਸਨਸ ਹੂ ਹੈਵ ਮਾਈਗ੍ਰੇਟਿਡ ਟੂ ਇੰਡੀਆ ਫਰੋਮ ਪਾਕਿਸਤਾਨ। ਅੱਜ ਦੇ ਟਾਈਮ ਵਿੱਚ ਇਹ ਆਰਟੀਕਲ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਕਿਉਂਕਿ ਇਹ ਬੀਤ ਗਈਆਂ ਗੱਲਾਂ ਹੁਣ ਲਾਗੂ ਵੀ ਨਹੀਂ ਹੁੰਦੀਆਂ ਹੈਗੀਆਂ। ਸੋ ਇਸ ਨੂੰ ਇੱਕ ਵਾਰ ਤੁਸੀਂ ਜੇ ਰੀਡ ਕਰਨਾ ਤਾਂ ਕਰ ਸਕਦੇ ਹੋ। ਇਹ ਉਸ ਚੀਜ਼ ਬਾਰੇ ਡੀਲ ਕਰਦਾ ਹੈ ਕਿ ਜੋ ਪਰਸਨ ਸਾਡੇ ਇੱਥੋਂ ਮਾਈਗ੍ਰੇਟ ਹੋ ਕੇ ਪਾਕਿਸਤਾਨ ਚਲ ਗਏ ਆ ਅਤੇ ਜਾਂ ਪਾਕਿਸਤਾਨ ਤੋਂ ਜਿਹੜੇ ਮਾਈਗ੍ਰੇਟ ਹੋ ਗਏ ਆ ਇੰਡੀਆ ਆਏ ਆ ਅਤੇ ਜਿਹੜੇ ਆਪਣੇ ਪਾਕਿਸਤਾਨ ਚਲ ਗਏ ਆ ਉਹਨਾਂ ਨੂੰ ਅਸੀਂ ਕੰਸੀਡਰ ਨਹੀਂ ਕਰਾਂਗੇ ਇੱਥੇ ਦੇ ਸਿਟੀਜ਼ਨ ਜਿਹੜੇ ਉੱਥੋਂ ਆਏ ਆ ਅਤੇ ਆਪਣਾ ਪ੍ਰੋਪਰ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕੀਤਾ ਆ ਅਤੇ ਉਹਨਾਂ ਨੂੰ ਅਸੀਂ ਸਿਟੀਜ਼ਨ ਮੰਨਾਂਗੇ ਇੰਡੀਆ ਦੇ। ਉਸ ਤੋਂ ਬਾਅਦ ਕੇਸ ਆ ਛੰਨੋ ਦੇਵੀ ਵਰਸ ਮੰਗਲ ਸੈਨ, ਇਟ ਵਾਜ਼ ਹੈਲਡ ਦੈਟ ਦੀ ਮਾਈਗ੍ਰੇਸ਼ਨ ਮਸਟ ਬੀ ਵਿਦ ਦੀ ਇੰਟੈਂਸ਼ਨ ਟੂ ਰਿਸਾਈਡ ਪਰਮਾਨੈਂਟਲੀ ਇਨ ਇੰਡੀਆ। ਮਤਲਬ ਕਿ ਜੇ ਮਾਈਗ੍ਰੇਸ਼ਨ ਕਰਕੇ ਕੋਈ ਪਾਕਿਸਤਾਨ ਤੋਂ ਉਸ ਟਾਈਮ ਇੱਥੇ ਆਇਆ ਵੀ ਹੈ ਅਤੇ ਉਹਦੀ ਪਰਮਾਨੈਂਟ ਇੰਟੈਂਸ਼ਨ ਚਾਹੀਦੀ ਆ ਕਿ ਉਹਨੇ ਇੱਥੇ ਹੁਣ ਇੰਡੀਆ ਦੇ ਵਿੱਚ ਹੀ ਰਹਿਣਾ ਹੈ। ਉਸ ਤੋਂ ਬਾਅਦ ਆਰਟੀਕਲ 7 ਕੀ ਕਹਿੰਦਾ ਆ, ਰਾਈਟ ਆਫ ਸਿਟੀਜ਼ਨ ਆਫ ਅ ਸਰਟਨ ਮਾਈਗ੍ਰੈਂਟ ਟੂ ਪਾਕਿਸਤਾਨ ਨੋਟ ਵਿਥ ਸਟੈਂਡਿੰਗ ਐਨੀਥਿੰਗ ਇਨ ਆਰਟੀਕਲ 5 and 6, ਕਿ ਇਹਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ ਆਰਟੀਕਲ 5 ਅਤੇ 6 ਦੇ ਨਾਲ। ਅ ਪਰਸਨ ਹੂ ਹੈਜ਼ ਆਫਟਰ ਦੀ ਫਸਟ ਡੇ ਆਫ ਮਾਰਚ 1947, ਅ ਪਰਸਨ ਜਿਹੜਾ ਕਿ 1 March 1947 ਦੇ ਬਾਅਦ ਮਾਈਗ੍ਰੇਟਡ ਫਰੋਮ ਦੀ ਟੈਰੀਟਰੀ ਆਫ ਇੰਡੀਆ ਟੂ ਦੀ ਟੈਰੀਟਰੀ ਨਾ ਇੰਕਲੂਡ ਇਨ ਪਾਕਿਸਤਾਨ ਸ਼ੈਲ ਨੋਟ ਬੀ ਡੀਮ ਟੂ ਬੀ ਸਿਟੀਜ਼ਨ ਆਫ ਇੰਡੀਆ। ਮੰਨ ਲਓ ਕਿ ਜਿਹੜਾ ਪਰਸਨ ਇਸ ਤਰੀਕ ਤੋਂ ਬਾਅਦ ਉਹ ਪਾਕਿਸਤਾਨ ਦੀ ਟੈਰੀਟਰੀ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ ਉਹਨੂੰ ਹੁਣ ਅਸੀਂ ਭਾਰਤ ਦਾ ਜੋ ਸਿਟੀਜ਼ਨ ਆ ਉਹ ਨਹੀਂ ਮੰਨਾਂਗੇ। ਉਸ ਤੋਂ ਬਾਅਦ ਇਸ ਚੀਜ਼ ਦੀ ਪ੍ਰੋਵਾਈਜ਼ੋ ਦਿੱਤੀ ਗਈ ਆ ਕਿ ਮੰਨ ਲਓ ਕਿ ਉਹ ਪਾਕਿਸਤਾਨ ਉਸ ਭਾਰਤ ਦਾ ਨਾਗਰਿਕ ਸੀਗਾ ਉਹ ਜਾ ਕੇ ਉਸ ਟਾਈਮ ਪਾਕਿਸਤਾਨ ਰਹਿਣ ਲੱਗ ਪਿਆ ਲੇਕਿਨ ਉਸ ਤੋਂ ਬਾਅਦ ਉਹਦੀ ਇੰਟੈਂਸ਼ਨ ਚੇਂਜ ਹੋ ਗਈ, ਕਹਿੰਦਾ ਕਿ ਨਹੀਂ ਭਾਈ ਮੈਂ ਤਾਂ ਇੰਡੀਆ ਦੇ ਵਿੱਚ ਹੀ ਰਹਿਣਾ ਹੁਣ ਪਾਕਿਸਤਾਨ ਹੀ ਰਹਿਣਾ। ਜੇ ਕੋਲ ਵਾਪਸ ਮੁੜ ਆਉਂਦਾ ਆ ਅਤੇ ਉਸ ਚੀਜ਼ ਲਈ ਆਪਣੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਦਾ ਆ ਅਤੇ ਅਸੀਂ ਉਸ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦੇ ਦੇਵਾਂਗੇ। ਅਤੇ ਉਸ ਤੋਂ ਬਾਅਦ ਆਰਟੀਕਲ ਜੋ 8 ਆ ਉਹ ਰਾਈਟ ਆਫ ਸਿਟੀਜ਼ਨ ਆਫ ਅ ਸਰਟਨ ਪਰਸਨ ਆਫ ਇੰਡੀਅਨ ਓਰੀਜਨ ਸਾਈਡ ਆਊਟਸਾਈਡ ਇੰਡੀਆ, ਮਤਲਬ ਕਿ ਜੋ ਇਨਸਾਨ ਆ ਉਹ ਫੋਰਨ ਦੇ ਵਿੱਚ ਰਹਿੰਦੇ ਪਏ ਆ ਇਹਦਾ ਉਹੀ ਚੀਜ਼ ਨੋਟ ਬਿਨ ਸਟੈਂਡਿੰਗ ਐਨੀਥਿੰਗ ਇਨ ਆਰਟੀਕਲ 5, ਆਰਟੀਕਲ 5 ਦੇ ਨਾਲ ਇਹਦਾ ਕੋਈ ਲੈਣਾ ਦੇਣੀ ਨਹੀਂ ਹੈ। ਐਨੀ ਪਰਸਨ ਹੂ ਔਰ ਇਦਰ ਆਫ ਹੂਜ਼ ਪੇਰੈਂਟਸ ਔਰ ਐਨੀ ਆਫ ਹੂਜ਼ ਗ੍ਰੈਂਡ ਪੇਰੈਂਟਸ, ਮਤਲਬ ਕਿ ਕੋਈ ਵੀ ਪਰਸਨ ਜਿਹਦੇ ਪੇਰੈਂਟ ਜਾਂ ਉਹਦੇ ਗ੍ਰੈਂਡ ਪੇਰੈਂਟ ਉਹ ਇੰਡੀਆ ਦੇ ਵਿੱਚ ਇਹ ਜਨਮੇ ਆ ਅਕੋਰਡਿੰਗ ਟੂ ਜਿੱਦਾਂ ਕਿ ਡਿਫਾਈਨ ਕੀਤਾ ਗਿਆ ਸੀਗਾ ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ, ਅਤੇ ਉਹ ਆਰਡੀਨਰੀ ਰਿਸਾਈਡਿੰਗ ਇਨ ਐਨੀ ਕੰਟਰੀ ਆਊਟਸਾਈਡ ਇੰਡੀਆ ਐਜ਼ ਸੋ ਡਿਫਾਈਨਡ ਸ਼ੈਲ ਬੀ ਡੀਮ ਟੂ ਬੀ ਸਿਟੀਜ਼ਨ ਆਫ ਇੰਡੀਆ, ਮਤਲਬ ਕਿ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਰਹਿ ਰਹੇ ਆ ਬਟ ਲੇਕਿਨ ਉਹ ਮੰਨੇ ਜਾਊਗੇ ਇੰਡੀਆ ਦੇ ਸਿਟੀਜ਼ਨ। ਪਰਸਨ ਵਲੈਂਟਰੀ ਅਕੁਆਇਰਿੰਗ ਸਿਟੀਜ਼ਨ ਆਫ ਅ ਫੋਰਨ ਸਟੇਟ ਨੋਟ ਟੂ ਬੀ ਅ ਸਿਟੀਜ਼ਨ, ਕਹਿ ਰਿਹਾ ਕਿ ਜੋ ਪਰਸਨ ਆ
ਉਹ ਵਲੰਟਰੀ ਕਿਸੇ ਹੋਰ ਕੰਟਰੀ ਦੀ, ਮੰਨ ਲਾ ਇੰਡੀਆ ਦੇ ਵਿੱਚ, ਉਹ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਉੱਥੇ ਦੀ ਜੋ ਸਿਟੀਜ਼ਨਸ਼ਿਪ ਲੈ ਲੈਂਦਾ ਹੈ, ਅਤੇ ਉਹਦੀ ਆਟੋਮੈਟਿਕਲੀ ਜਿਹੜੀ ਇੰਡੀਆ ਦੀ ਸਿਟੀਜ਼ਨਸ਼ਿਪ ਆ ਖਤਮ ਹੋ ਜਾਂਦੀ ਆ। ਲੇਕਿਨ ਜਿਹੜਾ ਇੰਡੀਆ ਆ, ਇੰਡੀਆ ਦੇ ਵਿੱਚ ਹੁਣ ਡਿਊਲ ਸਿਟੀਜ਼ਨਸ਼ਿਪ ਦਾ ਕਨਸੈਪਟ ਚਲਾਇਆ ਗਿਆ ਆ ਕੁਝ ਕੁ ਕੰਟਰੀ ਨੂੰ ਲੈ ਕੇ। ਮੰਨ ਲਓ ਕਿ ਜੇ ਇਹ ਜਿਸਦੇ ਵਿੱਚ ਕਨੇਡਾ, ਅਮੈਰੀਕਾ, ਯੂਨਾਈਟਿਡ ਕਿੰਗਡਮ, ਇਹ ਸਾਰੀਆਂ ਕੰਟਰੀਆਂ ਆਉਂਦੀਆਂ, ਜੇਕਰ ਉਹ ਉੱਥੇ ਦੀ ਕੰਟਰੀ ਸਿਟੀਜ਼ਨਸ਼ਿਪ ਲੈ ਵੀ ਲੈਂਦੇ, ਉਹਨਾਂ ਡਿਊਲ ਸਿਟੀਜ਼ਨਸ਼ਿਪ ਮਿਲ ਜਾਊਗੀ। ਮੰਨ ਲਾ ਕਿ ਉਹਨਾਂ ਦੀ ਇੰਡੀਆ ਦੀ ਸਿਟੀਜ਼ਨਸ਼ਿਪ ਵੀ ਰਹੂਗੀ ਅਤੇ ਉੱਥੇ ਦੀ ਵੀ ਰਹੂਗੀ, ਲੇਕਿਨ ਉਹਨਾਂ ਦੇ ਕੁਝ ਅਧਿਕਾਰ ਆ ਜੋ ਐਜ਼ ਆ ਪ੍ਰੋਪਰ ਸਿਟੀਜ਼ਨਸ਼ਿਪ ਲੈ ਕੇ ਤੁਹਾਨੂੰ ਮਿਲਦੇ ਆ, ਉਹ ਵਾਲੇ ਉਹਨਾਂ ਦੇ ਖਤਮ ਹੋ ਜਾਂਦੇ ਆ। ਅਤੇ ਆਰਟੀਕਲ 10 ਕਹਿੰਦਾ ਪਿਆ ਆ, ਕੰਟੀਨਿਊਸ ਆਫ ਦੀ ਰਾਈਟ ਆਫ ਸਿਟੀਜ਼ਨਸ਼ਿਪ, ਐਵਰੀ ਪਰਸਨ ਹੂ ਇਜ਼ ਔਰ ਇਜ਼ ਡੀਮ ਟੂ ਬੀ ਸਿਟੀਜ਼ਨ ਆਫ ਇੰਡੀਆ ਅੰਡਰ ਐਨੀ ਆਫ ਫੋਰਗੋਇੰਗ ਪ੍ਰੋਵੀਜ਼ਨ ਆਫ ਦੀ ਪਾਰਟ ਸ਼ੈਲ ਸਬਜੈਕਟ ਟੂ ਦੀ ਪ੍ਰੋਵੀਜ਼ਨ ਆਫ ਐਨੀ ਲੋਅ ਦੈਟ ਮੇ ਬੀ ਮੇਡ ਬਾਏ ਪਾਰਲੀਮੈਂਟ ਕੰਟੀਨਿਊ ਟੂ ਬੀ ਸੱਚ ਸਿਟੀਜ਼ਨ। ਕਹਿੰਦੇ ਕਿ ਜੇ ਕੋਈ ਪਾਰਲੀਮੈਂਟ ਇਸ ਤੋਂ ਇਲਾਵਾ ਹੋਰ ਇਹ ਆਪਣੇ ਲੋਅ ਬਣਾਉਂਦੀ ਆ ਸਿਟੀਜ਼ਨਸ਼ਿਪ ਨੂੰ ਲੈ ਕੇ, ਅਤੇ ਉਹ ਵੀ ਸਾਰੇ ਜੋ ਆਪਣੇ ਸਾਡੇ ਡੀਮਡ ਸਿਟੀਜ਼ਨ ਆ ਜਾਂ ਸਿਟੀਜ਼ਨ ਆ ਉਹਨਾਂ ਦੇ ਉੱਤੇ ਸਾਰਿਆਂ 'ਤੇ ਅਪਲਾਈ ਹੋਊਗੇ। ਅਤੇ ਆਰਟੀਕਲ ਜੋ 11 ਆ ਉਹ ਪਾਰਲੀਮੈਂਟ ਨੂੰ ਰਾਈਟ ਦਿੰਦੀ ਆ ਕਿ ਸਿਟੀਜ਼ਨਸ਼ਿਪ ਇੱਕ ਲੋਅ ਬਣਾਇਆ ਜਾਵੇ ਜਿਹਦੇ ਵਿੱਚ ਉਹਨਾਂ ਨੂੰ ਪੂਰੀ ਪਾਵਰ ਦਿੱਤੀ ਹੈ ਇਸ ਲੋਜ਼ ਨੂੰ ਜੋ ਸਿਟੀਜ਼ਨ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਰੈਗੂਲੇਟਡ ਕੀਤੇ ਜਾਣ। ਹੁਣ ਅਸੀਂ ਦੇਖਦੇ ਹਾਂ ਕਿ ਸਿਟੀਜ਼ਨਸ਼ਿਪ ਐਕਟ 1955 ਦੇ ਵਿੱਚ ਜੋ ਟਰਮੀਨੇਸ਼ਨ ਨੂੰ ਲੈ ਕੇ ਕੀ ਲੋਅ ਬਣਾਏ ਗਏ ਹਨ ਪਾਰਲੀਮੈਂਟ ਦੇ ਦੁਆਰਾ। ਜੋ ਸੈਕਸ਼ਨ 8 ਆ ਰਿਨੰਸੀਏਸ਼ਨ ਦੀ ਗੱਲ ਕਰਦਾ ਹੈ ਕਿ ਜੇ ਕੋਈ ਪਰਸਨ ਆ ਉਹ ਵਲੰਟਰੀ ਆਪਣੀ ਜੋ ਸਿਟੀਜ਼ਨਸ਼ਿਪ ਆ ਉਹ ਛੱਡ ਰਿਹਾ ਆ ਕਿ ਮੈਂ ਇਸ ਕੰਟਰੀ ਦੀ ਸਿਟੀਜ਼ਨਸ਼ਿਪ ਨਹੀਂ ਲੈਣੀ ਹੈਗੀ, ਤਾਂ ਇਸ ਤਰ੍ਹਾਂ ਵੀ ਉਸਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਖਤਮ ਹੋ ਸਕਦੀ ਆ। ਲੇਕਿਨ ਜੇ ਉਸਦਾ ਕੋਈ ਉਸ ਸਮੇਂ ਜੋ ਮਾਈਨਰ ਚਾਈਲਡ ਹੈ, ਜੇਕਰ ਉਹ ਇੰਡੀਆ ਦੀ ਜਦੋਂ 18 ਸਾਲ ਦਾ ਹੋ ਜਾਂਦਾ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦਾ ਆ, ਤਾਂ ਉਹ ਆਪਣੀ 18 ਸਾਲਾਂ ਦਾ ਹੋ ਕੇ ਜਦੋਂ ਹੋ ਜਾਂਦਾ ਆ ਅਤੇ 1 ਸਾਲ ਦੇ ਵਿੱਚ ਅਪਲਾਈ ਕਰਕੇ ਆਪਣੀ ਜਿਹੜੀ ਆ ਉਹ ਸਿਟੀਜ਼ਨਸ਼ਿਪ ਆ ਜਿਹੜੀ ਉਹਨੂੰ ਰਿਸਟੋਰ ਕਰ ਸਕਦਾ ਆ। ਅਤੇ ਟਰਮੀਨੇਸ਼ਨ ਆਫ ਸਿਟੀਜ਼ਨਸ਼ਿਪ ਜਿੱਦਾਂ ਕਿ ਅਸੀਂ ਦੱਸਿਆ ਆ ਕਿ ਜਿਹੜਾ ਕੋਈ ਸਿਟੀਜ਼ਨ ਆਫ ਇੰਡੀਆ ਆ ਉਹ ਕਿਸੇ ਹੋਰ ਕੰਟਰੀ ਦੀ ਸਿਟੀਜ਼ਨ ਲੈ ਲੈਂਦਾ ਆ ਅਤੇ ਉਹ ਆਟੋਮੈਟਿਕਲੀ ਜਿਹੜੀ ਉਹਦੀ ਇੱਥੇ ਦੀ ਸਿਟੀਜ਼ਨਸ਼ਿਪ ਆ ਉਹ ਖਤਮ ਹੋ ਜਾਊਗੀ। ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਪਰਪਸ ਆਫ ਸਿਟੀਜ਼ਨ ਕਿ ਸਿਟੀਜ਼ਨਸ਼ਿਪ ਦੇ ਪਰਪਸ ਕੀ ਆ। ਜੋ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਸਾਡੇ ਨਾਗਰਿਕ ਹੁੰਦੇ ਉਹਨਾਂ ਨੂੰ ਦੋ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਇੱਕ ਤਾਂ ਹੁੰਦੇ ਸਿਟੀਜ਼ਨ ਜਿਨ੍ਹਾਂ ਨੂੰ ਕਿ ਇੱਥੇ ਦੀ ਸਿਟੀਜ਼ਨ ਮਿਲੀ ਆ, ਅਤੇ ਇੱਕ ਹੁੰਦੇ ਏਲੀਅਨ। ਏਲੀਅਨ ਮਤਲਬ ਉਹ ਨਹੀਂ ਕੋਈ ਦੂਸਰੇ ਗ੍ਰਹਿ ਤੋਂ ਆਏ ਆ, ਏਲੀਅਨ ਹੁੰਦੇ ਆ ਕਿ ਜਿਹੜੇ ਪਰਸਨ ਆ ਜਿਨ੍ਹਾਂ ਨੂੰ ਇੱਥੇ ਦੀ ਸਿਟੀਜ਼ਨਸ਼ਿਪ ਨਹੀਂ ਮਿਲੀ ਹੈਗੀ। ਉਸ ਤੋਂ ਇਲਾਵਾ ਜਿਹੜੇ ਇੱਕ ਸਰਟਨ ਰਾਈਟ ਆ ਉਹ ਕਿ ਸਿਟੀਜ਼ਨ ਨੂੰ ਮਿਲਦੇ ਆ, ਅਤੇ ਜਿਹੜੇ ਆਪਣੇ ਏਲੀਅਨਸ ਆ ਉਹਨਾਂ ਨੂੰ ਨਹੀਂ ਮਿਲਦੇ, ਜਿੱਦਾਂ ਕਿ ਆਰਟੀਕਲ 50, 60, 90, 29 ਤੋਂ ਲੈ ਕੇ 30 ਇੱਦਾਂ ਦੇ ਰਾਈਟ ਟੂ ਵੋਟ, ਇਹ ਸਾਰੇ ਰਾਈਟ ਆ ਜਿਹੜੇ ਇੱਥੋਂ ਦੇ ਸਿਟੀਜ਼ਨ ਨੂੰ ਮਿਲੂਗੇ। ਹਾਲਾਂਕਿ ਜਿਹੜੇ ਏਲੀਅਨਸ ਆ ਫੋਰਨਰਸ ਹੋ ਗਏ ਉਹਨਾਂ ਨੂੰ ਵੀ ਜਿਹੜੇ ਕੋਮਨ ਰਾਈਟ ਆ, ਰਾਈਟ ਟੂ ਇਕੁਐਲਿਟੀ ਆਰਟੀਕਲ 40 ਅਤੇ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਆਰਟੀਕਲ 21, ਇਸ ਤਰ੍ਹਾਂ ਦੇ ਰਾਈਟ ਉਹਨਾਂ ਨੂੰ ਵੀ ਮਿਲਦੇ ਆ। ਅਤੇ ਉਸ ਤੋਂ ਇਲਾਵਾ ਜਿਹੜੇ ਸਿਟੀਜ਼ਨ ਆ ਉਹੀ ਜਿਹੜੇ ਇਸ ਤਰ੍ਹਾਂ ਦੇ ਆਫਿਸ ਆ ਹੋਲਡ ਕਰ ਸਕਦੇ ਆ, ਜਿੱਦਾਂ ਆਫਿਸ ਆਫ ਪ੍ਰੈਜੀਡੈਂਟ, ਵਾਈਸ ਪ੍ਰੈਜੀਡੈਂਟ, ਸੁਪਰੀਮ ਕੋਰਟ, ਹਾਈ ਕੋਰਟ, ਅਟੋਰਨੀ ਜਨਰਲ, ਜੱਜਸ ਆਫ ਸੁਪਰੀਮ ਕੋਰਟ, ਗਵਰਨਰ ਆਫ ਸਟੇਟ, ਇਹ ਸਿਰਫ ਜਿਹੜੇ ਇੱਥੇ ਦੇ ਸਿਟੀਜ਼ਨ ਆ ਉਹਨਾਂ ਦੇ ਦੁਆਰਾ ਹੀ ਹੋਲਡ ਕੀਤੇ ਜਾ ਸਕਦੇ ਆ। ਹਾਲਾਂਕਿ ਜਿਹੜਾ ਅਮੈਰੀਕਾ ਦੇ ਵਿੱਚ ਆ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਕੰਸੈਪਟ ਆ ਜੋ ਡਿਫਰੈਂਟ ਆ, ਉੱਥੇ ਸੀਗਾ ਕਿ ਜਿਹੜਾ ਪਰਸਨ ਆ ਉਹ ਜਾਂ ਸੋਲੀ ਮਤਲਬ ਉੱਥੇ ਦੀ ਲੈਂਡ ਦੇ ਵਿੱਚ ਜੰਮਿਆ ਪਲਿਆ ਆ ਉਹੀ ਇਹਨਾਂ ਆਫਿਸਿਸ ਨੂੰ ਹੋਲਡ ਕਰ ਸਕਦਾ। ਲੇਕਿਨ ਇੰਡੀਆ ਦੇ ਵਿੱਚ ਅਜਿਹਾ ਨਹੀਂ ਹੈ, ਇੱਥੇ ਕੋਈ ਵੀ ਪਰਸਨ ਆ ਉਹ ਇੱਥੇ ਦਾ ਸਿਟੀਜ਼ਨ ਆ ਉਹ ਇਹਨਾਂ ਆਫਿਸਿਸ ਨੂੰ ਹੋਲਡ ਕਰ ਸਕਦਾ ਆ। ਇਸ ਤੋਂ ਇਲਾਵਾ ਇਹ ਵਾਲਾ ਕੇਸ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਮਿਸਟਰ ਲੂਇਸ ਡੀ ਰੇਡਿਟ ਐਂਡ ਅਦਰਸ ਵਰਸ ਯੂਨੀਅਨ ਆਫ ਇੰਡੀਆ, ਇਹਦੇ ਵਿੱਚ ਵੀ ਇਹ ਡਿਸਾਈਡ ਕੀਤਾ ਗਿਆ ਸੀਗਾ ਕਿ ਜੋ ਕਿ ਫੋਰਨਰ ਆ ਉਹਨੂੰ ਆਰਟੀਕਲ 19 ਆ ਸਬ ਆਰਟੀਕਲ 1 ਆ ਇਹ ਵਾਲਾ ਅਧਿਕਾਰ ਨਹੀਂ ਮਿਲੂਗਾ। ਹਾਲਾਂਕਿ ਉਸਨੂੰ ਆਰਟੀਕਲ ਜੋ 21 ਆ ਉਹ ਵਾਲਾ ਅਧਿਕਾਰ ਸਿਰਫ ਮਿਲੂਗਾ, ਜੋ ਇਹ ਵਾਲੇ ਅਧਿਕਾਰ ਆ ਉਹ ਸਿਰਫ ਜਿਹੜੇ ਇੱਥੇ ਦੇ ਸਿਟੀਜ਼ਨ ਆ ਉਹਨਾਂ ਨੂੰ ਹੀ ਦਿੱਤੇ ਜਾ ਸਕਦੇ ਆ। ਇਨ ਸੈਂਟਰਲ ਬੈਂਕ ਆਫ ਇੰਡੀਆ ਵਰਸ ਰਾਮ ਨਰਾਇਣ, ਇਸ ਕੇਸ ਦੇ ਵਿੱਚ ਵੀ ਜੋ ਡੋਮੀਸਾਈਲ ਆ ਉਸਦੇ ਮੀਨਿੰਗ ਨੂੰ ਐਕਸਪਲੇਨ ਕੀਤਾ ਗਿਆ ਆ। ਹਾਲਾਂਕਿ ਇਹਦੇ ਵਿੱਚ ਇਹ ਜੋ ਸਕੋਪ ਸੀਗਾ ਸੈਕਸ਼ਨ 4 IPC ਅਤੇ 188 CRPC ਉਸ ਚੀਜ਼ ਨੂੰ ਵੀ ਡਿਸਕਸ ਕੀਤਾ ਗਿਆ, ਲੇਕਿਨ ਅਸੀਂ ਇੱਥੇ ਸਿਰਫ ਡੋਮੀਸਾਈਲ ਡਿਸਕਸ ਕਰਾਂਗੇ ਜੋ ਕਿ ਡਿਫਾਈਨ ਐਕਸਪਲੇਨ ਕੀਤਾ ਕੋਰਟ ਨੇ। ਡੋਮੀਸਾਈਲ ਇਜ਼ ਅ ਪਲੇਸ ਵੇਅਰ ਦੀ ਪਰਸਨ ਇਜ਼ ਹੈਬੀਟੇਸ਼ਨ ਇਜ਼ ਫਿਕਸਡ ਵਿਦਆਊਟ ਐਨੀ ਪ੍ਰੈਜੈਂਟ ਇੰਟੈਂਸ਼ਨ ਆਫ ਰਿਮੂਵਿੰਗ ਦੇਅਰ ਫਰੋਮ। ਮੰਨ ਲਾ ਕੋਈ ਪਰਸਨ ਆ ਉਹ ਉੱਥੇ ਹੈਬਿਚੁਅਲੀ ਰਹਿ ਰਿਹਾ ਕਿਸੇ ਫਿਕਸ ਪਰਟੀਕੁਲਰ ਜਗ੍ਹਾ 'ਤੇ, ਉਹਦੀ ਕੋਈ ਇੰਟੈਂਸ਼ਨ ਨਹੀਂ ਉੱਥੋਂ ਮਤਲਬ ਜਾਣ ਦੀ, ਅਤੇ ਉਹਨੂੰ ਅਸੀਂ ਉਸ ਪਰਸਨ ਦਾ ਡੋਮੀਸਾਈਲ ਕਵਾਂਗੇ। ਉਸ ਤੋਂ ਬਾਅਦ ਸਿਟੀਜ਼ਨਸ਼ਿਪ ਅਮੈਂਡਮੈਂਟ ਜੋ ਐਕਟ ਆਏ ਆ ਸਾਡੀ, ਇਹ ਜੋ ਅਮੈਂਡਮੈਂਟਸ ਹੋਈਆਂ ਆ ਸਿਟੀਜ਼ਨਸ਼ਿਪ ਐਕਟ ਦੇ ਵਿੱਚ, ਟਾਈਮ ਟੂ ਟਾਈਮ ਜੋ ਮੇਜਰ ਅਮੈਂਡਮੈਂਟ ਸੀਗੀਆਂ,
ਉਹ 1986 92 ਅਤੇ 2003 5 2015 ਅਤੇ ਆ ਜੋ ਰੀਸੈਂਟ ਆਈ ਆ 2019 ਦੇ ਵਿੱਚ। ਜਿੱਦਾਂ ਕਿ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ, ਅਕੋਰਡਿੰਗ ਟੂ ਆਰਟੀਕਲ 9 ਜਿਹੜਾ ਕੋਨਸਟੀਟਿਊਸ਼ਨ, ਜੇ ਕੋਈ ਪਰਸਨ ਆ ਉਹ ਵਲੰਟਰੀ ਅਕੁਆਇਰ ਕਰ ਲੈਂਦਾ ਸਿਟੀਜ਼ਨਸ਼ਿਪ ਕਿਸੇ ਹੋਰ ਕੰਟਰੀ ਦੀ, ਅਤੇ ਉਹ ਸਾਡੇ ਦੇਸ਼ ਦਾ ਫਿਰ ਨਾਗਰਿਕ ਨਹੀਂ ਰਹਿੰਦਾ ਹੈ। ਜਿਹੜਾ ਸਾਡਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਆ, ਜਿਹਦੇ ਵਿੱਚ ਕਿ ਸਾਡਾ ਸਿਟੀਜ਼ਨਸ਼ਿਪ ਜੇ ਕਰਵਾਉਣੀ ਆ ਅਤੇ ਉਸ ਚੀਜ਼ ਦਾ ਸਾਰਾ ਪ੍ਰੋਸੀਜਰ ਦੱਸਿਆ ਗਿਆ ਆ, ਬਾਈ ਬਰਥ, ਡੀਸੈਂਟ, ਰਜਿਸਟ੍ਰੇਸ਼ਨ। ਅਤੇ ਆ ਦੇਖਦੇ ਹਾਂ ਅਸੀਂ ਕਿ ਇਹ ਬਾਈ ਬਰਥ ਅਸੀਂ ਇਸ ਐਕਟ ਦੇ ਅੰਡਰ ਕਿੱਦਾਂ ਰਜਿਸਟ੍ਰੇਸ਼ਨ ਕਰਾ ਸਕਦੇ ਹਾਂ। ਸਭ ਤੋਂ ਪਹਿਲਾਂ ਕਿ ਜਿਹੜਾ ਔਨ ਔਰ ਆਫਟਰ 26 ਜਨਵਰੀ 1950 ਬਟ ਬਿਫੋਰ 1 ਜੁਲਾਈ 1987, ਕਿ ਕੋਈ ਪਰਸਨ ਆ 26 ਜਨਵਰੀ 1950 ਅਤੇ ਬਾਅਦ ਅਤੇ 1987 ਦੇ ਪਹਿਲਾਂ ਜੇ ਕੋਈ ਮਤਲਬ ਆ ਅਤੇ ਉਹ ਕਰਾ ਸਕਦਾ ਆ, ਅਤੇ ਉਸ ਤੋਂ ਬਾਅਦ ਜਿਹੜੀ ਆਪਣੀ 2003 ਦੀ ਅਮੈਂਡਮੈਂਟ ਹੋਈ ਆ, ਅਤੇ ਉਹਦੇ ਬਾਅਦ ਜੋ ਪਰਸਨ 1987 ਤੋਂ ਬਾਅਦ ਅਤੇ 2003 ਤੋਂ ਪਹਿਲਾਂ ਜੋ ਇੱਥੇ ਰਹਿ ਰਿਹਾ ਉਹ ਆਪਣੀ ਸਿਟੀਜ਼ਨ ਜੋ ਇੱਥੇ ਕਰਾ ਸਕਦਾ ਹੈ। ਅਤੇ ਉਹਦੀਆਂ ਜੋ ਇਹ ਕੰਡੀਸ਼ਨ ਕੀ ਆ ਕਿ ਇਹ ਉਹਦੇ ਜਿਹੜੇ ਦੋਨੇ ਪੇਰੈਂਟਸ ਆ ਉਹ ਇੰਡੀਅਨ ਹੋਣੇ ਚਾਹੀਦੇ ਆ, ਜਾਂ ਵਨ ਆਫ ਵਾਈਸ ਪੇਰੈਂਟ ਸਿਟੀਜ਼ਨ ਆਫ ਇੰਡੀਆ ਅਦਰ ਇਜ਼ ਨੋਟ ਅਲੀਗਲ ਮਾਈਗਰੈਂਟ, ਚਾਹੇ ਕਿ ਉਹਦਾ ਜਿਹੜਾ ਇੱਕ ਪੇਰੈਂਟ ਆ ਉਹ ਇੰਡੀਅਨ ਹੋਵੇ ਅਤੇ ਦੂਸਰਾ ਜਿਹੜਾ ਆ ਉਹ ਬੇਸ਼ੱਕ ਇੰਡੀਅਨ ਨਾ ਹੋਵੇ ਬਟ ਇੱਥੇ ਅਲੀਗਲ ਮਾਈਗਰੈਂਟ ਨਹੀਂ ਹੋਣਾ ਚਾਹੀਦਾ। ਅਤੇ ਉਹ ਪਰਸਨ ਜਿਹੜਾ ਇਹ ਕੰਸੀਡਰ ਕੀਤਾ ਜਾਊਗਾ ਵਾਈ ਬਰਥ ਇਹ ਸਿਟੀਜ਼ਨ ਆਫ ਇੰਡੀਆ। ਜੋ ਸੈਕਸ਼ਨ 4 ਆ ਉਹ ਡੀਲ ਕਰਦਾ ਆ ਇਹ ਸਿਟੀਜ਼ਨਸ਼ਿਪ ਬਾਏ ਇਹ ਡਿਸੈਂਟ, ਇਸ ਦੇ ਵਿੱਚ ਡੀਲ ਕਰਦਾ ਕਿ ਜਿਹੜਾ ਪਰਸਨ ਆ ਉਹ 26 ਜਨਵਰੀ 1950 ਅਤੇ 10 ਦਸੰਬਰ 1992 ਦੇ ਵਿੱਚ ਵਿੱਚ ਉਹ ਬਾਹਰਲੀ ਕੰਟਰੀ ਦੇ ਵਿੱਚ ਕਿਤੇ ਉਹ ਜਨਮਿਆ ਆ, ਅਤੇ ਬਟ ਜਿਹੜਾ ਉਹਦਾ ਡੀਸੈਂਟ ਆ ਮਤਲਬ ਉਹਦੀ ਜੋ ਪਰਿਵਾਰ ਆ ਜਾਂ ਕਹਿ ਲਓ ਕਿ ਉਹਦਾ ਵੰਸ਼ ਆ ਉਹ ਇੰਡੀਆ ਦਾ ਆ, ਜੇ ਉਹਦਾ ਫਾਦਰ ਆ ਜਿਹੜਾ ਉਹ ਇੰਡੀਆ ਦਾ ਬਰਥ ਆ ਉਹਦਾ, ਅਤੇ ਜਾਂ ਇਨ ਕੇਸ ਜਿਹੜਾ ਉਹਦਾ ਫਾਦਰ ਆ ਉਹ ਸਿਟੀਜ਼ਨ ਆਫ ਇੰਡੀਆ ਹੈ ਬਟ ਬਾਏ ਡਿਸੈਂਟ ਓਨਲੀ ਆ, ਅਤੇ ਜਿਹੜਾ ਉਹ ਪਰਸਨ ਆ ਫਿਰ ਉਹਨੂੰ ਆਪਾਂ ਇੰਡੀਆ ਦਾ ਸਿਟੀਜ਼ਨਸ਼ਿਪ ਨਹੀਂ ਇੰਡੀਆ ਦਾ ਸਿਟੀਜ਼ਨ ਨਹੀਂ ਮੰਨਾਂਗੇ, ਅਨਲੈਸ ਜਿਹੜਾ ਉਸ ਪਰਸਨ ਨੇ ਜਿਹੜਾ ਆਪਣੇ ਆਪ ਨੂੰ ਜਿਹੜਾ ਉਹਦਾ ਬਰਥ ਰਜਿਸਟਰ ਨਹੀਂ ਕਰਾਇਆ ਹੈਗਾ ਇੰਡੀਅਨ ਕੌਂਸਲੇਟ ਵਿਦ 1 ਈਅਰ ਫਰੋਮ ਦੀ ਡੇਟ ਆਫ ਹਿਸ ਬਰਥ ਔਰ ਵਿਦ ਦੀ ਪਰਮਿਸ਼ਨ ਆਫ ਦੀ ਸੈਂਟਰਲ ਗਵਰਨਮੈਂਟ, ਜੇ ਤਾਂ ਜਿਹੜਾ ਉਹਦਾ ਇਹ ਸੈਡ ਪੀਰੀਅਡ ਸੀਗਾ ਉਹ ਐਕਸਪਾਇਰ ਹੋ ਗਿਆ ਸੀਗਾ। ਉਸ ਤੋਂ ਬਾਅਦ ਜੋ ਕਿ ਅਮੈਂਡਮੈਂਟ ਹੋਈ ਆ ਉਹਦੇ ਦੁਆਰਾ ਇੱਕ ਇਹ ਵਾਲਾ ਡਿਸੈਂਟ ਵਾਲਾ ਪੀਰੀਅਡ ਵਧਾ ਦਿੱਤਾ ਗਿਆ ਸੀਗਾ ਕਿ ਹੁਣ ਕੋਈ ਪਰਸਨ ਆ 1992 ਤੋਂ ਬਾਅਦ ਅਤੇ 3 ਦਸੰਬਰ 2004 ਤੋਂ ਪਹਿਲਾਂ ਜੇ ਉਹ ਪੈਦਾ ਹੋਇਆ ਆ ਬਾਹਰ ਤਾਂ ਸੇਮ ਪਿਛਲੇ ਵਾਲਾ ਪ੍ਰੋਸੀਜਰ ਫੋਲੋ ਕਰਕੇ ਉਹ ਬਾਏ ਡਿਸੈਂਟ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈ ਸਕਦਾ ਆ ਬਾਏ ਰਜਿਸਟ੍ਰੇਸ਼ਨ। ਅਤੇ ਅਸੀਂ ਬਾਏ ਰਜਿਸਟ੍ਰੇਸ਼ਨ ਵੀ ਇਹ ਲੈ ਸਕਦੇ ਹਾਂ ਜਿਹੜੀ ਇਹ ਸਿਟੀਜ਼ਨਸ਼ਿਪ ਜਿਹੜਾ ਉਹ ਪਰਸਨ ਆ ਉਹ ਪਿਛਲੇ ਜਿਹੜਾ 7 ਸਾਲਾਂ ਤੋਂ ਆ ਇੱਥੇ ਇੰਡੀਆ ਦੇ ਵਿੱਚ ਰਹਿੰਦਾ ਹੋਵੇ ਇੱਕ ਬਿਫੋਰ ਮੇਕਿੰਗ ਦੀ ਐਪਲੀਕੇਸ਼ਨ ਫੋਰ ਰਜਿਸਟ੍ਰੇਸ਼ਨ। ਮੰਨ ਲਓ ਕਿ ਉਹ ਆਪਣੀ ਰਜਿਸਟ੍ਰੇਸ਼ਨ ਦੀ ਜਿਹੜੀ ਐਪਲੀਕੇਸ਼ਨ ਨਾਲ ਨਾਲ ਉਹਨੂੰ ਆਪਣੇ ਜਿਹੜੇ 7 ਸਾਲ ਵੀ ਇੱਥੇ ਪੂਰੇ ਕਰਨੇ ਜ਼ਰੂਰੀ ਆ। ਉਸ ਤੋਂ ਇਲਾਵਾ ਜਿਹੜਾ ਕਿ ਪਰਸਨ ਆ ਉਹ ਇੰਡੀਅਨ ਓਰੀਜਨ ਦਾ ਆ ਅਤੇ ਉਹ ਕਿਤੇ ਹੋਰ ਰਹਿ ਰਿਹਾ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਕੋਈ ਪਲੇਸ ਆਊਟਸਾਈਡ ਅਨਡਿਵਾਈਡਿਡ ਇੰਡੀਆ ਸੀਗਾ ਉੱਥੇ ਰਹਿ ਰਿਹਾ ਆ, ਤਾਂ ਇੰਡੀਆ ਦੀ ਸਿਟੀਜ਼ਨਸ਼ਿਪ ਦੇ ਲਈ ਬਾਏ ਰਜਿਸਟ੍ਰੇਸ਼ਨ ਅਪਲਾਈ ਕਰ ਸਕਦਾ ਆ। ਅਤੇ ਨੈਕਸਟ ਜੇਕਰ ਕਿਸੇ ਇਹ ਬਾਹਰਲੇ ਪਰਸਨ ਨੇ ਇੰਡੀਆ ਦੇ ਪਰਸਨ ਦੇ ਨਾਲ ਮੈਰਿਜ ਕੀਤੀ ਹੈ ਅਤੇ ਉਸਨੂੰ ਇੱਥੇ ਦੀ ਸਿਟੀਜ਼ਨਸ਼ਿਪ ਲੈਣ ਦੇ ਲਈ ਇੱਥੇ ਔਰਡੀਨਰੀ ਲਈ ਉਹਨੂੰ 7 ਸਾਲ ਲਈ ਰਹਿਣਾ ਜ਼ਰੂਰੀ ਆ। ਜਿੱਦਾਂ ਕਿ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਅੰਡਰ ਸੈਕਸ਼ਨ ਇਹ 6 ਜਿਹੜੀ ਸੈਂਟਰਲ ਗਵਰਨਮੈਂਟ ਆ ਜੇ ਕੋਲ ਸੈਟਿਸਫਾਈਡ ਹੁੰਦੀ ਆ ਕੋਈ ਪਰਸਨ ਆ ਉਹ ਇੰਡੀਆ ਦੇ ਵਿੱਚ ਅਲੀਗਲ ਮਾਈਗਰੈਂਟ ਨਹੀਂ ਹੈਗਾ ਅਤੇ ਉਹ ਇੱਕ ਲੰਬੇ ਸਮੇਂ ਤੋਂ ਇੰਡੀਆ ਦੇ ਵਿੱਚ ਰਹਿ ਰਿਹਾ ਆ, ਤਾਂ ਜੋ ਸਾਡੀ ਸੈਂਟਰਲ ਗਵਰਨਮੈਂਟ ਆ ਉਹਨੂੰ ਆਪਣੇ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਦੇ ਸਕਦੀ ਹੈ। ਨੈਕਸਟ ਆ ਸਿਟੀਜ਼ਨਸ਼ਿਪ ਬਾਏ ਇਨਕੋਰਪੋਰੇਸ਼ਨ ਆਫ ਟੈਰੀਟਰੀ। ਮੰਨ ਲਓ ਕਿ ਇੰਡੀਆ ਆ ਜੋ ਕਿਸੇ ਹੋਰ ਟੈਰੀਟਰੀ ਨੂੰ ਜੇਕਰ ਐਕੁਆਇਰ ਕਰ ਲੈਂਦੀ ਆ ਜਾਂ ਕਿਸੇ ਹੋਰ ਟੈਰੀਟਰੀ ਨੂੰ ਜਿੱਤ ਲੈਂਦੀ ਆ ਅਤੇ ਜੋ ਆਪਣੇ ਇੰਡੀਆ ਦੇ ਨਾਲ ਮਿਲਾ ਲੈਂਦੀ ਆ, ਅਤੇ ਜਿਹੜੇ ਉੱਥੋਂ ਦੇ ਸਿਟੀਜ਼ਨ ਹੋਊਗੇ ਉਹ ਆਟੋਮੈਟਿਕਲੀ ਜਿਹੜੇ ਆ ਇੰਡੀਆ ਦੇ ਸਿਟੀਜ਼ਨ ਬਣ ਜਾਣਗੇ।